ਅੱਜ ਸੈੱਟ ਤੇ ਬੈਠੀ ਆ। ਫਿਲਮ ਸਾਡੀ ਹੈਗੀ ਆ ਉਡੀਕਾਂ ਤੇਰੀਆਂ। ਫਿਲਮ ਜਿਹੜੀ ਹੈਗੀ ਹੈ ਉਹ ਸਾਡੀ ਕੰਪਨੀ ਦੇ ਮਾਲਕ ਬੈਠੇ ਨੇ, ਫਾਦਰ ਐਂਡ ਸਨ ਫਿਲਮਸ ਐਂਡ ਚਿਪਸ ਇੰਡੀਆ ਫਿਲਮ। ਤੇ ਇਹ ਮੇਰੇ ਨਾਲ ਨੇ ਸੈਗੀ ਅਗਨੀਹੋਤਰੀ ਜੀ ਤੇ ਮੁਕੇਸ਼ ਜੀ ਕੈਨੇਡਾ ਤੋਂ। ਸੋ ਤੁਸੀਂ ਜਾਣ ਹੀ ਸਕਦੇ ਹੋ ਕਿ ਦੋ ਪ੍ਰੋਡਿਊਸਰ ਮੇਰੇ ਆਲੇ ਦੁਆਲੇ ਬੈਠੇ ਨੇ ਤਾਂ ਕਿੰਨੀ ਅੱਛੀ ਗੱਲ ਹੈ। ਦੂਜੀ ਗੱਲ ਇਹ ਹੈ ਕਿ ਸਾਡੇ ਜਿਹੜੇ ਡਾਇਰੈਕਟਰ ਨੇ ਉਹ ਰਾਜ ਸਿਨਹਾ ਜੀ ਨੇ, ਬਹੁਤ ਸੋਹਣਾ ਕੰਮ ਹੋਇਆ ਇਸ ਫਿਲਮ ਦੇ ਵਿੱਚ। ਅੱਜ ਮੇਰਾ ਲਾਸਟ ਡੇ ਸੀ ਤੇ ਅੱਜ ਮੇਰਾ ਪੈਕਅਪ ਹੈ, ਪਰ ਮੇਰਾ ਦਿਲ ਥੋੜਾ ਜਿਹਾ ਉਦਾਸ ਹੈ ਕਿ ਇਹ ਸਾਰੇ ਲੋਕ ਇੱਥੇ ਇਕੱਠੇ ਹੋਣਗੇ ਤੇ ਮੇਰੀ ਜਿਹੜੀ ਰੂਹ ਹੈ ਇਹਨਾਂ ਨੇ ਅਲਵਿਦਾ ਬੋਲਤਾ। ਬਹੁਤ ਸੋਹਣਾ ਮੇਰਾ ਕਰੈਕਟਰ ਹੈ ਔਰ ਫਿਲਮ ਜਿਹੜੀ ਹੈਗੀ ਉਹ ਬਹੁਤ ਸੋਹਣੀ ਹੈ, ਇਮੋਸ਼ਨਲ ਬਹੁਤ ਜ਼ਿਆਦਾ ਹੈ ਕਿ ਇੱਕ ਰੋਮੈਂਟਿਕ ਜਿਹੀ ਸਟੋਰੀ ਹੈ। ਵਿਛੜਨ ਦਾ ਜਿਹੜਾ ਦੁੱਖ ਹੈ ਉਹ ਦਿਖਾਇਆ ਗਿਆ ਤੇ ਮੇਰੀਆਂ ਅੱਖਾਂ ਹਲੇ ਵੀ ਥੋੜੀਆਂ ਨਮ ਨੇ। ਬਹੁਤ ਸੋਹਣਾ ਸ਼ੋਟ ਅਸੀਂ ਦੇ ਕੇ ਹਟੇ ਹਾਂ, ਬੜੀ ਮਿਹਨਤ ਦੇ ਨਾਲ ਕੰਮ ਕੀਤਾ ਗਿਆ ਇਸ ਫਿਲਮ ਤੇ। ਤੇ ਇਹ ਸਾਡੀ ਜਿਹੜੀ ਪ੍ਰੋਡਕਸ਼ਨ ਜਿਹੜੀ ਦੇਖਿਆ ਜਾਵੇ ਸਾਰੀ, ਰਾਕੇਸ਼ ਸਾਡਾ ਮੁੰਡਾ ਉਹਨੇ ਪਹਿਲੀ ਵਾਰ ਤੇ ਸੁੱਖੀ ਇਹਨੇ ਸਾਰਾ ਸੰਭਾਲਿਆ ਤੇ ਸਾਰਿਆਂ ਨੂੰ ਮੈਂ ਦਿਲ ਤੋਂ ਥੈਂਕਸ ਬੋਲੂੰਗੀ ਤੇ ਸਾਡੇ ਪ੍ਰੋਡਿਊਸਰ ਸਾਹਿਬਾਨ ਨੂੰ ਮੈਂ ਥੈਂਕਸ ਵੀ ਬੋਲੂੰਗੀ ਔਰ ਦਿਲ ਤੋਂ ਮੈਂ ਦੁਆਵਾਂ ਵੀ ਦਊਂਗੀ ਕਿ ਸਾਡੀ ਫਿਲਮ ਜਿਹੜੀ ਆ ਉਹ ਸੁਪਰ ਡੁਪਰ ਜਾਵੇ। ਤੇ ਹਾਂ, ਕਾਸਟ ਦੀ ਗੱਲ ਜੇ ਮੈਂ ਕਰਾਂ ਤੇ ਸਾਡੇ ਨਾਲ ਹੈਗੇ ਭੱਲਾ ਜੀ, ਬਿੰਦੂ ਦਾਰਾ ਸਿੰਘ ਜੀ ਤੇ ਅਮਰ ਨੂਰੀ ਜੀ ਤੇ ਮੈਂ ਤੇ ਪੁਖਰਾਜ ਭੱਲਾ ਤੇ ਸਾਡੇ ਯੰਗ ਵਰਜਨ ਬੱਚੇ ਨੇ ਜਿਹੜੇ ਉਹ ਸਾਰੀ ਟੀਮ ਹੈ। ਮਜ਼ਾ ਆਊਗਾ ਫਿਲਮ ਦੇਖ ਕੇ ਤੇ ਦੱਸਾਂਗੇ ਕਦੋਂ ਅਸੀਂ ਫਿਲਮ ਨੂੰ ਰਿਲੀਜ਼ ਕਰਦੇ ਜਲਦੀ। ਥੈਂਕ ਯੂ।